दिल्ली च लगे किसानी धरने च लोग दूर दूर तो शामिल हो रहे ने। साडे नाल बाई जी ने यह कह रहे ने कि किसानी धरना लग्या, खबर साडे तक पहुंचिया तो दिल रुकया नहीं गया तो सीधा ये लंदन तो दिल्ली शिंगू मोर्चे ते पहुंच गए। गलबात करांगे बाई जी, लंदन तो आ रहे हो तुसी? जी जी जी, लंदन तो आ रहे हो। की कुछ महसूस किया कि इत्थे तक पहुंच गए? भाई पीड़ा भी गल है, जो नीचे दे लोग ने उन्हां नाल बहुत अत्याचार हो रहा है, गलत हो रहा है, उन्हां दी सहमति दे बिना यह काम हो रहा है, यह बहुत गलत है। अगर कोई समाधान लाना भी है तो एक राय मशवरे ना लेके आना चाहिए। साडा अज इंडिया अद्धे तो ज़्यादा एग्रीकल्चर ही है तो उन्होंने सहमति के बिना कोई भी काम करना है गलत है। इन्हों अपना जो रिफॉर्म्स ने वो वापस लेने चाहिए ने, राय मशवरा करके फिर अगर कोई लिया है तो वो करना चाहिए, और अगर फार्मर्स उन्होंने अगेंस्ट ने तो एकदम नहीं करना चाहिए। एनआरआईज इस पूरे प्रोटेस्ट नू लगे काफ़ी गुस्से च ने, वो कह रहे हैं कि किसान धरने च बैठे आ, सरकार नहीं सुन रही है। थोड़े लंदन दे विच किस तरीके का माहौल है? लंदन विच प्रोटेस्ट होया, उत्थे भी दो तीन बारी प्रोटेस्ट होया, एंड यह होर भी दुखद की गल है कि इतने कोरोना वायरस भी चल रहा है, सरकार फिक्र नहीं कर रही कि इन्ने लोग इकट्ठे ने तो कोई समाधान जल्दी तो जल्द लेकर आना चाहिए। वो इन्ना इन्ना एक एक महीने डेढ़ डेढ़ महीने का लोग इतने हैं ने, और इन्ना बुरा टाइम भी चल रहा है, तो यह दुख की घड़ी है कि उन्होंने पूरी बहुमत के नाल सरकार नू बनाया गया, तो वो सरकार होनी चाहिए लोगों के वास्ते। आज वो लोगों की सेवा के बिना वो कर रही है, जो इंडस्ट्रियलिस्ट ने उन्होंने हेल्प कर रही है, यह बहुत बुरी गल है, यह नहीं होना चाहिए। ਤੁਸੀਂ ਇੱਥੇ ਮਦਦ ਲੈ ਕੇ ਪਹੁੰਚੇ ਹੋ ਕਿਸਾਨਾਂ ਦੇ ਲਈ, ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਹੋ, ਕੀ ਕੁਛ ਓਬਜ਼ਰਵ ਕਰ ਰਹੇ ਹੋ, ਕੀ ਕੁਛ ਨੋਟਿਸ ਕਰ ਰਹੇ ਹੋ ਉਹਨਾਂ ਤੋਂ? ਕਿਸਾਨ ਸਾਡੇ ਬੜੇ ਖੁਦਗਰਜ਼ ਨੇ ਅਤੇ ਉਹਨਾਂ ਨੂੰ ਕਿਸੇ ਦੀ ਸਪੋਰਟ ਜਾਂ ਹੈਲਪ ਦੀ ਐਵੇਂ ਜ਼ਰੂਰਤ ਨਹੀਂ ਹੈ। ਅਸੀਂ ਸਾਡੀ ਕੋਈ ਔਕਾਤ ਨਹੀਂ ਕਿਸੇ ਉਹਨਾਂ ਵਾਸਤੇ ਕੁਛ ਕਰ ਪਾਈਏ, ਥੋੜ੍ਹਾ ਬਹੁਤ ਜੋ ਕਰ ਪਾ ਰਹੇ ਹਾਂ ਉਹ ਕਰ ਰਿਹਾ। ਜੋ ਇਹਨਾਂ ਦੀ ਹਿੰਮਤ ਹੈ ਉਹ ਬਹੁਤ ਅੱਗੇ ਹੈ, ਅਸੀਂ ਉਹਨੂੰ ਨਾਪ ਵੀ ਨਹੀਂ ਸਕਦੇ, ਅਤੇ ਬਸ ਥੋੜ੍ਹੀ ਸੇਵਾ ਹੈ ਕਿ ਅਸੀਂ ਕੁਛ ਉਹਨਾਂ ਦੇ ਵਾਸਤੇ ਕਰ ਲਈਏ ਅਤੇ ਸਾਡਾ ਵੀ ਅੱਛਾ ਹੋ ਜਾਏ। ਐਨਆਰਆਈ ਪੰਜਾਬੀ 'ਚ ਕਾਫੀ ਦਰਦ ਹੈ, ਤੁਸੀਂ ਕਿਸ ਤਰੀਕੇ ਦੇ ਨਾਲ ਨੋਟਿਸ ਕਰਦੇ ਹੋ ਅਤੇ ਤੁਹਾਡੇ ਇੱਧਰ ਕਿਸ ਤਰੀਕੇ ਦੇ ਨਾਲ ਗੱਲਾਂ ਹੋ ਰਹੀਆਂ ਹੈ ਇਹ ਪੂਰੇ ਪ੍ਰੋਟੈਸਟ ਨੂੰ ਲੈ ਕੇ? ਪ੍ਰੋਟੈਸਟ ਲੈ ਕੇ ਉੱਥੇ ਵੀ ਲੋਕ ਗੁੱਸੇ 'ਚ ਨੇ, ਆਪਣਾ ਆਪਣਾ ਤਰੀਕਾ ਹੈ ਉਹਨੂੰ ਐਕਸਪ੍ਰੈਸ ਕਰਨ ਦਾ। ਕੁਛ ਲੋਕ ਪੈਸੇ ਨਾਲ ਕਰ ਰਹੇ ਨੇ, ਜੋ ਪਹੁੰਚ ਪਾ ਰਹੇ ਨੇ ਉਹ ਪਹੁੰਚ ਕੇ ਕਰ ਰਹੇ ਨੇ, ਕਿਉਂਕਿ ਪੂਰੀ ਦੁਨੀਆ ਦਾ ਮਾਹੌਲ ਵੀ ਥੋੜ੍ਹਾ ਖਰਾਬ ਹੈ ਕੋਰੋਨਾ ਵਾਇਰਸ ਨੂੰ ਵੀ ਲੈ ਕਰ, ਅਤੇ ਆਪਣੇ ਆਪਣੇ ਤਰੀਕੇ ਨਾਲ ਕੀਤਾ ਜਾ ਰਿਹਾ। ਲੇਕਿਨ ਹਾਂ, ਸਭ ਨੂੰ ਪੀੜਾ ਹੈ, ਦੁੱਖ ਹੁੰਦਾ ਹੈ ਕਿ ਅਗਰ ਜੋ ਸਾਨੂੰ ਅੰਨ ਖਿਲਾਉਂਦੇ ਨੇ ਸਾਡੇ ਜੋ ਅੰਨਦਾਤਾ ਨੇ ਉਹਨਾਂ ਨਾਲ ਐਵੇਂ ਜੀ ਗੱਲ ਹੋਏ ਤਾਂ ਇਹ ਬੜੀ ਦੁੱਖ ਦੀ ਗੱਲ ਹੈ, ਔਰ ਅੱਗੇ ਇਹ ਬੜਾ ਸੰਕਟ ਹੈ ਫਿਰ ਪੂਰੇ ਇੰਡੀਆ ਦੇ ਉੱਤੇ ਵੀ, ਕਿ ਅਗਰ ਸਾਡੇ ਕਿਸਾਨ ਲੋਕਾਂ ਨਾਲ ਹੀ ਇੰਨਾ ਜੁਰਮ ਹੋਏਗਾ, ਔਰ ਲੋਕ ਅਗਰ ਖੜੇ ਨਹੀਂ ਹੋਏ ਤਾਂ ਇਹ ਬੜੀ ਦੁੱਖ ਦੀ ਗੱਲ ਹੈ, ਫਿਰ ਅੱਗੇ ਬਹੁਤ ਮੁਸ਼ਕਿਲ ਹੋ ਜਾਏਗਾ ਇੱਥੇ ਰਹਿਣਾ। ਠੰਡ ਲਗਾਤਾਰ ਵੱਧ ਰਹੀ ਹੈ, ਟੈਂਪਰੇਚਰ ਗਿਰ ਰਿਹਾ ਹੈ, ਬਜ਼ੁਰਗ ਲੇਕਿਨ ਫਿਰ ਵੀ ਡਟੇ ਹੋਏ ਨੇ, ਇਹ ਉਹਨਾਂ ਦੀ ਹਿੰਮਤ ਦੀ ਗੱਲ ਹੈ। ਮੈਂ ਇਹੀ ਕਹਿ ਰਿਹਾ ਸੀ, ਇੰਨੇ ਖੁਦਗਰਜ਼, ਇੰਨੇ ਹਿੰਮਤ ਦੀ ਗੱਲ ਹੈ, ਅਸੀਂ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਇਹ ਤਾਂ ਇਹਨਾਂ ਦੇ ਉੱਤੇ ਕੋਈ ਕਿਰਪਾ ਹੈ, ਮਹਾਰਾਜ ਦੀ ਕਿਰਪਾ ਹੈ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ ਜੀ ਕਿ ਉਹਨਾਂ ਦੀ ਹਿੰਮਤ ਬਣਾਈ ਹੋਈ ਹੈ। ਪੂਰੀ ਉਮੀਦ ਹੈ ਕਿ ਸਰਕਾਰ ਜਲਦ ਇਹਨਾਂ ਦੇ ਬਾਰੇ 'ਚ ਕੁਛ ਕਰੇਗੀ ਔਰ ਕੁਛ ਸਮਾਧਾਨ ਲੈ ਕਰ ਆਏਗੀ, ਔਰ ਉਮੀਦ ਹੈ ਕਿ ਸਭ ਘਰ ਵਾਪਸ ਠੀਕ ਠਾਕ ਚਲੇ ਜਾਵਾਂਗੇ। ਬਾਈ ਇੱਕ ਸਵਾਲ ਲਾਸਟ ਹੈ ਕਿ ਅਗਰ ਲੋਕ ਸਮਝ ਰਹੇ ਨੇ ਕਿ ਇਹ ਕਾਨੂੰਨ ਅਗਰ ਕਿਸਾਨ ਦੇ ਹਿੱਤਾਂ 'ਚ ਨਹੀਂ ਹੈ ਤਾਂ ਸਰਕਾਰ ਕਿਉਂ ਨਹੀਂ ਸਮਝ ਰਹੀ ਹੈ ਕਿ ਇਹ ਅਗਰ ਕਿਸਾਨ ਇਸ ਕਾਨੂੰਨ ਤੋਂ ਖੁਸ਼ ਨਹੀਂ ਹੈ ਤਾਂ ਵਾਪਸ ਕਿਉਂ ਨਹੀਂ ਲੈ ਰਹੀ ਹੈ, ਉਹ ਕਿਉਂ ਨਹੀਂ ਸਮਝ ਰਹੀ ਸਰਕਾਰ? ਬਈ ਇਹ ਤਾਂ ਸਰਕਾਰ ਹੀ ਜ਼ਿਆਦਾ ਇਹਦਾ ਵੱਡਾ ਅੱਛਾ ਜਵਾਬ ਦੇ ਪਾਏਗੀ। ਅਸੀਂ ਇਹੀ ਸਮਝ ਰਹੇ ਹਾਂ ਕਿ ਉਹ ਜੋ ਕਰ ਰਹੇ ਨੇ ਇਹ ਗਲਤ ਹੈ, ਉਹ ਹੁਣ ਕਿਉਂ ਨਹੀਂ ਕਰ ਰਹੇ ਨੇ ਇਹਦੇ ਬਾਰੇ 'ਚ, ਅਗਰ ਮੈਂ ਕੋਈ ਗੱਲ ਕਰਾਂ ਤਾਂ ਇਹ ਠੀਕ ਨਹੀਂ ਹੈ। ਬਟ ਅਸੀਂ ਪ੍ਰੇ ਕਰਾਂਗੇ, ਅਸੀਂ ਅਰਦਾਸ ਕਰਾਂਗੇ ਕਿ ਭਾਈ ਉਹ ਸਮਝ ਇਸ ਚੀਜ਼ ਨੂੰ, ਉਹਨਾਂ ਵਿੱਚ ਸਦਬੁੱਧੀ ਆਏ ਔਰ ਉਹ ਇਸ ਦੇ ਬਾਰੇ 'ਚ ਕੁਛ ਜਲਦੀ ਕੁਛ ਉਹਨਾਂ ਦੇ ਵਿੱਚ ਸਮਾਧਾਨ ਨਿਕਾਲੇ ਜੀ। ਇੱਕ ਸਵਾਲ ਹੋਰ ਹੈ, ਕਿਸਾਨ ਕਹਿ ਰਹੇ ਪ੍ਰਾਈਵੇਟਾਈਜੇਸ਼ਨ ਆ ਜੂਗਾ, ਨਿੱਜੀਕਰਨ ਆ ਜੂਗਾ, ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਕਿੱਦਾਂ ਦੇਖਦੇ ਹੋ? ਉਹ ਇਹ ਗੱਲ ਸਹੀ ਹੈ, ਇੱਥੇ ਪ੍ਰਾਈਵੇਟਾਈਜੇਸ਼ਨ ਆ ਜਾਏਗਾ। ਜਿਵੇਂ ਭਾਈ ਇਹਦਾ ਐਗਜ਼ਾਮਪਲ ਦੇਣਾ ਹੋਏ, ਜਿਵੇਂ ਜੀਓ ਨੇ ਪਹਿਲੇ ਕੀ ਕੀਤਾ ਕਿ ਸਭ ਨੂੰ ਫ੍ਰੀ ਸਿਮ ਵੰਡ ਦਿੱਤੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ 6 ਮਹੀਨੇ ਫ੍ਰੀ ਚਲਾਇਆ ਅਤੇ ਬਾਕੀ ਜੋ ਵੀ ਕੰਪਟੀਸ਼ਨ ਆਇਆ ਉਹ ਵੀ ਪੂਰਾ ਨੀਚੇ ਆ ਗਿਆ। ਠੀਕ ਹੈ, ਅਤੇ ਹੁਣ ਉਹ ਕੀ ਕਰ ਰਹੇ ਨੇ ਕਿ ਭਾਈ ਇਸ ਸਮੇਂ ਤੋਂ ਸਾਰੀ ਚੀਜ਼ਾਂ ਬੈਸਟ ਟੂ ਬੈਸਟ ਪ੍ਰੋਮਿਸ ਕਰਾਂਗੇ, ਲੇਕਿਨ ਜੇ ਇੱਕ ਵਾਰੀ ਉਹਨਾਂ ਦਾ ਪ੍ਰਾਈਵੇਟਾਈਜੇਸ਼ਨ ਆ ਗਿਆ ਤਾਂ ਉਹ ਫਿਰ ਆਪਣੇ ਇਸ਼ਾਰਿਆਂ ਵਿੱਚ ਸਭ ਨੂੰ ਨਚਾਵਾਂਗੇ, ਅਤੇ ਇਹ ਗੱਲ ਠੀਕ ਨਹੀਂ ਹੈ। ਜਿਵੇਂ ਹੁਣ ਜੀਓ ਹੈ ਅਤੇ ਹੁਣ ਭਾਈ ਉਹਨੇ ਪ੍ਰਾਈਵੇਟਾਈਜੇਸ਼ਨ, ਉਹਨੂੰ ਆਪਣੇ ਹਿਸਾਬ ਨਾਲ ਪੂਰਾ ਰੇਟ ਚਲਾਉਂਦਾ ਹੈ, ਵਧਾਉਂਦਾ ਹੈ, ਕੱਟ ਕਰਦਾ ਹੈ, ਅਤੇ ਇਹ ਐਸੀ ਕਰਕੇ ਇਹ ਲੋਕ ਦਾ ਪ੍ਰੋਟੈਸਟ ਵੀ ਹੈ ਕਿ ਭਾਈ ਪ੍ਰਾਈਵੇਟਾਈਜੇਸ਼ਨ ਆ ਗਿਆ ਤਾਂ ਸ਼ੁਰੂਆਤ ਇਸ 'ਤੇ ਇਹ ਲੋਕ ਥੋੜ੍ਹਾ ਬਹੁਤ ਕੋਸ਼ਿਸ਼ ਕਰਨਗੇ ਕਿ ਹਾਂ ਇਹਨਾਂ ਨੂੰ ਰਜਾਇਆ ਜਾਏ,
बट ए लोंग टर्म वैसे ठीक नहीं है, फिर वो अपने हिसाब नाल ही किसानों नूं चाहेगा और ए प्रोटेस्ट भी उसी करके ही है और ए गलत है। ਲੰਡਨ 'ਚ ਤੁਹਾਡਾ ਕਾਰੋਬਾਰ ਸੀਗਾ ਸਾਰਾ ਕੁਝ ਤੁਸੀਂ ਸਾਈਡ 'ਤੇ ਕਰਕੇ ਅੱਜ ਕਿਸਾਨੀ ਧਰਨੇ 'ਚ ਇੱਥੇ ਪਹੁੰਚੇ? ਜੀ ਜੀ ਭਾਈ ਅਸੀਂ ਕਰ ਰਹੇ ਹਾਂ, ਸਭ ਗੁਰੂ ਮਹਾਰਾਜ ਦੀ ਬੇਨਤੀ ਹੈ, ਉਹਨਾਂ ਦੇ ਬਹੁਤ ਕਿਰਪਾ ਹੈ ਸਾਡੇ ਉੱਤੇ ਅਤੇ ਸਾਡਾ ਫਰਜ਼ ਬਣਦਾ ਹੈ ਕਿ ਜਿੱਥੋਂ ਦੀ ਅਸੀਂ ਨਿਕਲੇ ਹਾਂ ਅਤੇ ਥੋੜ੍ਹਾ ਜਿਹਾ ਕੰਟਰੀ ਨੂੰ ਔਰ ਕਮਿਊਨਿਟੀ ਨੂੰ ਵਾਪਸ ਵੀ ਦੇਣਾ ਚਾਹੀਦਾ ਅਤੇ ਇਹ ਛੋਟੀ ਜਿਹੀ ਸਾਡੀ ਕੋਸ਼ਿਸ਼ ਹੈ ਵਾਪਸ ਦੇਣ ਲਈ। ਬਹੁਤ ਬਹੁਤ ਧੰਨਵਾਦ ਬਾਈ ਗੱਲ ਕਰਨ ਲਈ। ਸੋ ਇਹ ਬਾਈ ਨੇ ਲੰਡਨ ਦੇ ਵਿੱਚ ਇਹਨਾਂ ਦਾ ਕੰਮ ਚੱਲਦਾ ਹੈ ਲੇਕਿਨ ਅੱਜ ਕਿਸਾਨੀ ਮੋਰਚੇ 'ਚ ਪਹੁੰਚੇ ਨੇ, ਕਹਿੰਦੇ ਕਿ ਕੰਮ ਤਾਂ ਹੁੰਦੇ ਰਹਿਣਗੇ ਲੇਕਿਨ ਇਹ ਜਿਹੜਾ ਮੋਰਚਾ ਲੱਗਿਆ ਹੈ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਮੀਡੀਅਮ ਦੇ ਨਾਲ ਜੁੜੇ ਰਹੋ, ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਵੱਖ ਵੱਖ ਰੰਗ ਦਿਖਾਵਾਂਗੇ ਇਸ ਪੂਰੇ ਕਿਸਾਨੀ ਮੋਰਚੇ ਦੇ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਫੋਲੋ।